ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਦਾ ਫੈਮਿਲੀ ਵਲੌਗ ਚੈਨਲ ਦੇ ਉੱਤੇ। ਅੱਜ ਆਪਾਂ ਤੁਹਾਡੇ ਲਈ ਇੱਕ ਨਿਊ ਵਲੌਗ ਲੈ ਕੇ ਆਏ ਹਾਂ, ਕਿਉਂਕਿ ਅਸੀਂ ਵਲੌਗ ਇੱਕਦਮ ਮਤਲਬ ਲਗਾਤਾਰ ਕੰਟੀਨਿਊਸ ਨਹੀਂ ਪਾਉਂਦੇ ਹੈਗੇ। ਕੰਟੀਨਿਊਸ ਵਲੌਗ ਪਾਉਣਾ ਇੱਕ ਹੋਰ ਗੱਲ ਹੁੰਦੀ ਆ, ਅਤੇ ਵਿੱਚ ਵਲੌਗ ਪਾਉਣਾ ਹੋਰ ਚੀਜ਼ ਆ। ਕੰਟੀਨਿਊਸ ਵਲੌਗ ਜਿੱਦਾਂ ਲੋਕ ਆਮ ਹੀ ਪਾਉਂਦੇ ਆ, ਉਹ ਚੀਜ਼ਾਂ ਦੇ ਵਿੱਚ ਮੈਂ ਵੈਸੇ ਯਕੀਨ ਜਿਹਾ ਨਹੀਂ ਰੱਖਦੀ, ਤਾਂ ਹੀ ਅਸੀਂ ਤੁਹਾਨੂੰ ਬਾਹਰ ਦੇ ਵਲੌਗਸ, ਘੁੰਮਣ ਫਿਰਨ ਵਾਲੇ ਵਲੌਗ, ਇਹੀ ਵਲੌਗ ਪਾਈਦੇ ਆ। ਅਤੇ ਅੱਜ ਆਪਾਂ ਤੁਹਾਡੇ ਲਈ ਇੱਕ ਵਧੀਆ ਜਿਹਾ ਵਲੌਗ ਲੈ ਕੇ ਆਏ ਹਾਂ। ਆਪਾਂ ਅੱਜ ਘੁੰਮਣ ਫਿਰਨ ਚੱਲੇ ਹਾਂ ਵਿਦ ਫੈਮਿਲੀ, ਅਤੇ ਆ ਜਾਓ ਆਪਾਂ ਤੁਹਾਨੂੰ ਬਾਹਰ ਚੱਲ ਕੇ ਦਿਖਾਉਂਦੇ ਹਾਂ। ਅਤੇ ਆਪਾਂ ਇੱਕ ਮੇਲੇ ਦੇ ਵਿੱਚ ਚੱਲੇ ਹਾਂ, ਅਤੇ ਚਲੋ ਉੱਥੇ ਆਪਾਂ ਉੱਥੇ ਜਾ ਕੇ ਦਿਖਾਉਂਦੇ ਹਾਂ ਤੁਹਾਨੂੰ। ਬਹੁਤ ਵੱਡਾ ਮੇਲਾ ਲੱਗਾ ਹੋਇਆ ਹੈ। ਮੇਲਾ ਮਤਲਬ ਮੈਂ ਤੁਹਾਨੂੰ ਪੰਜਾਬੀ 'ਚ ਦੱਸ ਦਿੱਤਾ ਆ, ਵੈਸੇ ਇੱਥੇ ਡੋਇਸ਼ ਦੇ ਵਿੱਚ ਜੇ ਕਹੀਏ ਤਾਂ ਇੱਥੇ ਬਹੁਤ ਵੱਡਾ ਫੈਸਟ ਲੱਗਾ ਹੋਇਆ ਹੈ ਇੱਕ ਫਿਫਥ ਦੇ ਵਿੱਚ, ਅਤੇ ਉੱਥੇ ਬਹੁਤ ਸਾਰੇ ਲੋਕ, ਬਹੁਤ ਸਾਰੇ ਸਭ ਜਣੇ ਆਏ ਹੋਏ ਆ ਦੇਖਣ। ਅਤੇ ਅਸੀਂ ਵੀ ਸੋਚਿਆ ਕਿ ਅਸੀਂ ਚੱਲਦੇ ਹਾਂ ਉੱਥੇ ਨੂੰ, ਅਤੇ ਜਾ ਕੇ ਦੇਖੀਏ ਅਸੀਂ ਕੀ ਉੱਥੇ ਲੱਗਾ ਹੋਇਆ ਆ, ਕੀ ਹੈਗਾ, ਕੀ ਝੂਲੇ ਲੱਗੇ ਵਾ, ਕਿਵੇਂ ਦੇ ਆ ਨਾ। ਅਤੇ ਚਲੋ ਅੱਜ ਚੱਲਦੇ ਹਾਂ ਆਪਾਂ ਸਾਰੇ ਜਣੇ ਫੈਮਿਲੀ ਸਮੇਤ ਮੇਲੇ ਦੇ ਵਿੱਚ। ਆ ਜਾਓ ਜੀ ਚੱਲਦੇ ਹਾਂ। ਹਾਂਜੀ, ਅਸੀਂ ਆ ਗਏ ਹਾਂ ਫਿਰ। ਬਹੁਤ ਅੱਜ ਤਾਂ ਲੋਕ ਆਏ ਵਾ। ਹਾਏ, ਹੈਲੋ, ਆ ਜਾਓ ਜੀ, ਤੁਹਾਨੂੰ ਦਿਖਾਈਏ ਕਿੱਥੇ ਕਿੱਥੇ ਕੀ ਕੀ ਲੱਗਾ। ਚਲੋ ਜਿੱਦਾਂ ਜਿੱਦਾਂ ਥੋੜ੍ਹੀ ਥੋੜ੍ਹੀ ਬਣਾ ਸਕਾਂਗੇ ਉੱਦਾਂ ਦੇ ਸਾਰੇ ਦਿਖਾਵਾਂਗੇ ਤੁਹਾਨੂੰ। ਚਲੋ ਦੇਖੋ ਜੀ, ਦੇਖੋ ਸਾਰੇ ਬੜੇ ਫੈਸਟ ਮਨਾਉਣ ਆਏ ਆ। ਵੈਸੇ ਅੱਜ ਦੇ ਦਿਨ ਨਾ ਇੱਥੇ ਛੁੱਟੀ ਆ, ਨੈਸ਼ਨਲ ਛੁੱਟੀ ਆ, ਕਿਉਂਕਿ ਅੱਜ ਦੇ ਦਿਨ ਜਰਮਨ ਰੀਯੂਨਾਈਟ ਹੋਇਆ ਸੀ, ਜਿੱਦਾਂ ਵੈਸਟ ਜਰਮਨ ਈਸਟ ਜਰਮਨ ਉਹ ਇਕੱਠੇ ਹੋਏ ਸੀ ਅੱਜ ਦੇ ਦਿਨ, ਤਾਂ ਕਰਕੇ ਅੱਜ ਦੇ ਦਿਨ ਦੀ ਛੁੱਟੀ ਆ, ਅੱਜ ਦੇ ਦਿਨ ਤਾਂ ਫੈਸਟ ਮਨਾਉਂਦੇ ਆ ਅਸੀਂ। ਟੈਟੂ ਪੀਅਰਸਿੰਗ ਨਾ, ਲੋਕ ਬਹੁਤ ਬਹੁਤ ਟੈਟੂ ਬਣਵਾਉਂਦੇ ਆ ਨਾ, ਕਈ ਤਾਂ ਸਾਰੀ ਬੋਡੀ 'ਤੇ ਬਣਵਾ ਲੈਂਦੇ ਆ, ਇੱਥੇ ਪੀਅਰਸਿੰਗ ਕਰ ਦਿੰਦੇ ਆ। ਤੁਸੀਂ ਜਿੱਥੇ ਮਰਜ਼ੀ ਟੈਟੂ ਬਣਵਾਉਣਾ ਬਣਵਾ ਸਕਦੇ ਆ। ਖਾਣ ਪੀਣ ਨੂੰ ਵੀ ਬਹੁਤ ਚੀਜ਼ਾਂ ਲੱਗੀਆਂ ਹੋਈਆਂ, ਵਾਓ, ਹਰ ਇੱਕ ਤਰ੍ਹਾਂ ਦਾ ਸਟਾਲ ਲੱਗਾ ਹੋਇਆ। ਲੋਕ ਇੱਥੇ ਖਾਣ ਪੀਣ ਬਹੁਤ ਆਏ ਹੋਏ ਆ, ਅਤੇ ਆਪਣੇ ਬੱਚਿਆਂ ਸਮੇਤ ਆਏ ਹੋਏ ਆ ਨਾ ਸਾਰੇ, ਅੱਜ ਛੁੱਟੀ ਦੇ ਕਰਕੇ, ਅਤੇ ਬਹੁਤ ਵਧੀਆ। ਚਲੋ ਇੰਜੋਏ ਕਰਦੇ ਆ ਲੋਕ ਅੱਜ ਦੀ ਛੁੱਟੀ ਨੂੰ, ਬਹੁਤ ਵਧੀਆ ਲੱਗਦਾ ਵਾ, ਸਾਰੇ ਆਪਣੀ ਫੈਮਿਲੀ ਨਾਲ ਇੰਜੋਏ ਕਰਦੇ ਆ। ਇਹ ਸਾਰੇ ਆਪਾਂ ਫੋਲਕ ਫੈਸਟ ਦੇ ਵਿੱਚ ਦੇਖੇ ਹੋਏ ਆ ਝੂਲੇ। ਵਾਓ, ਤੁਹਾਨੂੰ ਆਪਾਂ ਵੱਡਾ ਸਾਰਾ ਝੂਲਾ ਵੀ ਦਿਖਾਉਂਦੇ ਹਾਂ ਅੱਜ। ਕੱਪੜੇ ਦੀਆਂ ਵੀ ਸ਼ੋਪਸ ਨਾਲ ਲੱਗੀਆਂ, ਅਤੇ ਸਾਨੂੰ ਇੱਥੇ ਸੋਕਸਿਸ ਦੀਆਂ ਸ਼ੋਪਸ ਲੱਗੀਆਂ ਆ, ਹੋਰ ਪਾਸੇ ਕਈ ਥਾਂ 'ਤੇ ਕਹਿੰਦੇ ਕੱਪੜਾ ਵੀ ਲੱਗਾ ਹੋਇਆ, ਬਾਕੀ ਦੇਖਦੇ ਹਾਂ ਜਿੱਦਾਂ ਜਿੱਦਾਂ ਸਾਨੂੰ ਸ਼ੋਪ ਮਿਲੀ ਗਈਆਂ ਤੁਹਾਨੂੰ ਦਿਖਾਉਂਦੇ ਜਾਵਾਂਗੇ। ਛੋਟੇ ਬੱਚਿਆਂ ਦਾ, ਛੋਟੇ ਬੱਚਿਆਂ ਨੂੰ ਬਿਠਾ ਲਓ, ਬਸ ਜੰਪ ਜੰਪ ਕਰਾਈ ਜਾਓ। ਗੁੱਡ, ਸਾਰੀਆਂ ਸ਼ੋਪਸ ਬਹੁਤ ਵਧੀਆ, ਬਹੁਤ ਸੋਹਣੀਆਂ। ਅਸੀਂ ਵੀ ਅਰਮਾਨ ਨੂੰ ਲੈ ਕੇ ਦੇ ਰਹੇ ਹਾਂ, ਅਸੀਂ ਕਿਹਾ ਦੇਖਦੇ ਹਾਂ ਨਾ ਅਰਮਾਨ ਕੀ ਕਰਦਾ, ਦੇਖੀਏ ਕੀ ਕਿੱਦਾਂ ਕਿੱਦਾਂ ਖੇਡ ਹੁੰਦੀ ਆ ਇਹਦੇ 'ਚ। 5 ਐਰੋ ਦੇ 13 ਰੱਸੀਆਂ ਮੇਰੇ ਹਿਸਾਬ ਨਾਲ। ਅਸੀਂ 13 ਕੱਟਣੇ ਆ। ਓਕੇ,
ओके राइट मन की सिलेक्ट कीता एक बॉल 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 ते बॉल ब्लू ओके चलो ठीक है दे थैंक यू ओह माय गॉड कितना फास्ट चला वाओ बहुत फास्ट है वीडियो बहुत लंबी हो जानी सी इस करके मैं इसके टू पार्ट्स बनाए हैं तो चलो जी मिलते हैं नेक्स्ट पार्ट के ओके जी टेक केयर लाइक शेयर सब्सक्राइब जरूर करो बाय।